ਇੱਕ ਪਤਨੀ ਦੇ ਵੱਲੋਂ ਆਪਣੇ ਆਸ਼ਿਕ ਤੋਂ ਆਪਣੇ ਪਤੀ ਦਾ ਕਤਲ ਕਰਵਾਇਆ ਗਿਆ। ਨਾਜਾਇਜ਼ ਸਬੰਧਾਂ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਮੀ ਅੰਦਾਜ਼ ਦੇ ਵਿੱਚ ਪੂਰਾ ਪਲਾਨ ਬਣਾ ਕੇ ਇਹ ਵਾਰਦਾਤ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਹੁਣ ਪਤਨੀ ਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ। ਮੰਡੀ ਗੋਬਿੰਦਗੜ੍ਹ ਵਿਖੇ ਇੱਕ ਪ੍ਰਵਾਸੀ ਪ੍ਰਮੋਦ ਕੁਮਾਰ ਦਾ ਅਣਪਛਾਤੇ ਵਿਅਕਤੀ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਸੀ। ਨਾਜਾਇਜ਼ ਸਬੰਧਾਂ ਦੇ ਚੱਲਦੇ ਮ੍ਰਿਤਕ ਦੀ ਪਤਨੀ ਪੂਜਾ ਨੇ ਹੀ ਕਰਵਾਇਆ ਸੀ। ਇਸ ਘਟਨਾ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਪੂਜਾ ਨੇ ਆਪਣੇ ਆਸ਼ਿਕ ਪ੍ਰਵੀਨ ਭਾਰਤੀ ਤੋਂ ਇਹ ਕਤਲ ਕਰਵਾਇਆ ਸੀ। ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਕਤਲ ਵਾਲੀ ਰਾਤ ਆਰੋਪੀ ਪਹਿਲਾਂ ਤੋਂ ਹੀ ਮ੍ਰਿਤਕ ਪ੍ਰਮੋਦ ਦੀ ਫੈਕਟਰੀ ਦੇ ਅੱਗੇ ਪਹੁੰਚ ਗਿਆ ਤੇ ਉਸਦਾ ਇੰਤਜ਼ਾਰ ਕਰਨ ਲੱਗਾ। ਜਿਵੇਂ ਹੀ ਪ੍ਰਮੋਦ ਆਪਣੀ ਡਿਊਟੀ ਖਤਮ ਕਰਕੇ ਬਾਹਰ ਆਇਆ ਤਾਂ ਆਰੋਪੀ ਨੇ ਉਸ ਤੋਂ ਲਿਫਟ ਮੰਗੀ ਤੇ ਰਸਤੇ ਦੇ ਵਿੱਚ ਸੁੰਨਸਾਨ ਜਗ੍ਹਾ ਦੇਖ ਪ੍ਰਮੋਦ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਿਆ। ਪੁਲਿਸ ਦੇ ਵੱਲੋਂ ਜਦੋਂ ਡੂੰਘਾਈ ਦੇ ਨਾਲ ਸਾਇੰਟੀਫਿਕ ਤਰੀਕੇ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ। ਮ੍ਰਿਤਕ ਦੀ ਪਤਨੀ ਪੂਜਾ ਤੇ ਉਸਦੇ ਆਸ਼ਿਕ ਪ੍ਰਵੀਨ ਨੂੰ ਗ੍ਰਿਫਤਾਰ ਕੀਤਾ ਗਿਆ। 28 ਤਾਰੀਖ ਦੀ ਰਾਤ ਇਨਫੋਰਮੇਸ਼ਨ ਮਿਲੀ ਸੀ SHO ਮੰਡੀ ਗੋਬਿੰਦਗੜ੍ਹ ਮਲਕੀਤ ਸਿੰਘ ਜੀ ਨੂੰ ਕਿ ਮੰਡੀ ਗੋਬਿੰਦਗੜ੍ਹ ਦਾ ਜਿਹੜਾ ਹਾਈਵੇ ਉਸਦੇ ਨੇੜੇ ਕਿਸੇ ਮੋਟਰਸਾਈਕਲ ਤੇ ਜਾਤੇ ਬੰਦੇ ਤੇ ਹਮਲਾ ਕੀਤਾ ਗਿਆ, ਉਹਦਾ ਗਲਾ ਰੇਤਾ ਗਿਆ, ਉਹਦੇ ਉੱਤੇ ਅਟੈਕ ਹੋਇਆ। ਸੇਮ ਇਨਫੋਰਮੇਸ਼ਨ ਸਾਡੇ ਕੋਲ 112 ਤੇ ਵੀ ਆਈ। ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ SHO ਮੰਡੀ ਗੋਬਿੰਦਗੜ੍ਹ ਮੌਕੇ ਤੇ ਪਹੁੰਚੇ। ਪਹੁੰਚ ਕੇ ਇਹਨਾਂ ਨੇ ਉੱਥੇ ਉਸਦੀ ਫੋਟੋਗ੍ਰਾਫੀ ਕੀਤੀ, ਇਮੀਡੀਏਟਲੀ ਐਂਬੂਲੈਂਸ ਬੁਲਾਈ ਔਰ ਬੁਲਾ ਕੇ ਬੰਦੇ ਨੂੰ ਲੈ ਕਰਕੇ ਹੋਸਪਿਟਲ ਪਹੁੰਚੇ। ਜਦੋਂ ਹੋਸਪਿਟਲ ਪਹੁੰਚੇ ਉੱਥੇ ਡਾਕਟਰਸ ਨੇ ਬ੍ਰੋਡ ਡੈਡ ਡਿਕਲੇਅਰ ਕੀਤਾ। ਉਹਦੇ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਉਸਦੀ ਆਈਡੈਂਟੀਟੀ ਵੈਰੀਫਾਈ ਕਰਨ ਦੀ। ਜਦੋਂ ਉਹ ਆਈਡੈਂਟੀਫਾਈ ਹੋਇਆ ਤਾਂ ਉਹ ਪ੍ਰਮੋਦ ਕੁਮਾਰ ਇਕਬਾਲ ਨਗਰ ਦਾ ਰਹਿਣ ਵਾਲਾ ਹੈ, ਮੰਡੀ ਗੋਬਿੰਦਗੜ੍ਹ ਦਾ ਹੈ। ਉੱਥੇ ਉਸਦੇ ਬਾਅਦ ਉਸਦੇ ਜਿਹੜੀ ਵਾਈਫ ਹੈ ਉਹ ਵੀ ਹੋਸਪਿਟਲ ਆ ਗਈ ਸੀ। ਇਸ ਦੇ ਬਾਅਦ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਟੀਮਾਂ ਬਣਾਈ ਗਈ, ਜਿਸ 'ਚ CIA ਮੰਡੀ ਗੋਬਿੰਦਗੜ੍ਹ ਦੀ ਆਪਣੀ ਟੀਮ, ਇਹ ਟੀਮ ਨੇ DSP ਅਮਲੋ ਰਾਜੇਸ਼ ਛਿੱਬੜ ਸਾਹਿਬ ਦੀ ਨਿਗਰਾਨੀ ਹੇਠ ਕੰਮ ਕੀਤਾ, ਇਹਨਾਂ ਦੇ ਸੁਪਰਵਿਜ਼ਨ ਕੰਮ ਕੀਤਾ। ਔਰ ਮੈਂ ਦੱਸਣਾ ਚਾਹੁੰਦਾ ਬਹੁਤ ਹੀ ਚੰਗਾ ਕੰਮ ਕੀਤਾ, ਬੜੇ ਸਾਇੰਟੀਫਿਕ ਢੰਗ ਨਾਲ ਕੀਤਾ, ਟੈਕਨੀਕਲ ਡਾਟਾ ਇਕੱਠਾ ਕੀਤਾ, ਡਿਜੀਟਲ ਡਾਟਾ ਇਕੱਠਾ ਕੀਤਾ, ਉਹਦੇ ਬਾਅਦ ਉਸਦਾ ਬੜਾ ਚੰਗਾ ਇਨਵੈਸਟੀਗੇਸ਼ਨ ਕੀਤਾ। ਔਰ ਜਦੋਂ ਇਨਵੈਸਟੀਗੇਸ਼ਨ ਕੀਤਾ ਤਾਂ ਪਤਾ ਲੱਗਾ ਕਿ ਇਹ ਜਿਹੜਾ ਪ੍ਰਮੋਦ ਕੁਮਾਰ ਹੈ ਇਹ ਵਰੁਣ ਸਟੀਲ ਜਿਹੜੀ ਇੰਡਸਟਰੀ ਹੈ ਉੱਥੇ ਇਹ ਕੰਮ ਕਰਦਾ ਹੈ। ਇਹਦੀ ਜਿਹੜੀ ਸ਼ਿਫਟ ਹੈ ਉਹ 8 ਵਜੇ ਪੂਰੀ ਹੁੰਦੀ ਸੀ। ਇਹਨਾਂ ਨੇ ਸਾਰੀ ਇਨਵੈਸਟੀਗੇਸ਼ਨ 'ਚ ਪਾਇਆ ਕਿ ਇਸਦੀ ਸ਼ਿਫਟ ਪੂਰੀ ਹੋਣ ਤੋਂ ਆਧਾ ਪੌਣਾ ਘੰਟਾ ਪਹਿਲੇ ਹੀ ਕੋਈ ਬੰਦਾ ਫੈਕਟਰੀ ਦੇ ਨੇੜੇ ਇਹਦਾ ਵੇਟ ਕਰ ਰਿਹਾ ਸੀ। ਉਹ ਜਦੋਂ ਇਸਦੀ ਸ਼ਿਫਟ ਪੂਰੀ ਹੋਈ ਹੈ ਬਾਹਰ ਨਿਕਲਾ, ਉਹਨੇ ਇਸ ਬੰਦੇ ਤੋਂ ਲਿਫਟ ਲਈ, ਪ੍ਰਮੋਦ ਕੁਮਾਰ ਤੋਂ ਲਿਫਟ ਲੈ ਕਰਕੇ ਉਹ ਜਦੋਂ 2-4 ਕਿਲੋਮੀਟਰ ਅੱਗੇ ਗਏ ਜਿੱਥੇ ਉਸਨੂੰ ਥਾਂ ਮਿਲੀ, ਚੰਗੀ ਸੁਨਸਾਨ ਜਗ੍ਹਾ ਮਿਲੀ, ਉਹਨੇ ਇਸ 'ਤੇ ਹਮਲਾ ਕਰਤਾ। ਔਰ ਹਮਲਾ ਬੜਾ ਬੜਾ ਘਿਨੌਣਾ ਹਮਲਾ ਕੀਤਾ, ਉਸਦਾ ਗਲਾ ਰੇਤਾ, ਉਸ 'ਤੇ ਕਾਫੀ ਸਟੈਬਿੰਗ ਕੀਤੀ, ਉਹਦੇ ਪੇਟ 'ਤੇ ਵੀ, ਉਹਦੇ ਛਾਤੀ 'ਤੇ ਵੀ ਔਰ ਗਲੇ 'ਤੇ ਵੀ। ਉੱਥੇ ਜਿਹੜੀ ਜਨਰਲ ਪਬਲਿਕ ਸੀਗੀ ਸ਼ਾਇਦ ਉਹਨਾਂ ਦਾ ਡਰ ਜਾਂ ਜਿਹੜੇ ਆਉਂਦੇ ਜਾਂਦੇ ਬੰਦੇ ਸੀਗੇ ਉਹ ਡਰ 'ਤੇ ਕਰਕੇ ਉਹ ਉੱਥੇ ਭੱਜ ਗਿਆ। ਉਹਦੇ 1-2 ਜਿਹੜੇ ਪਰੂਫ ਸੀਗੇ ਉੱਥੇ ਹੀ ਰਹਿ ਗਏ। SHO ਨੇ, ਇਹਨਾਂ ਦੀ ਟੀਮ ਨੇ ਉੱਥੇ ਪਰੂਫ ਕਲੈਕਟ ਕੀਤੇ, ਉਸਦੇ ਬਾਅਦ ਵੈਰੀਫਾਈ ਕੀਤਾ ਕਿ ਉਹ ਜਿਹੜਾ ਜਿਸਨੇ ਹਮਲਾ ਕੀਤਾ ਸੀ ਉਹਦਾ ਨਾਮ ਪ੍ਰਵੀਨ ਭਾਰਤੀ ਸੀ।
ਇਹ ਜਿਹੜਾ ਪ੍ਰਵੀਨ ਭਾਰਤੀ ਹਮਲੇ ਮਾਜਰੇ ਦਾ ਰਹਿਣ ਵਾਲਾ, ਜਦੋਂ ਇਸ ਦੇ ਬਾਅਦ ਬੰਦੇ ਦੀ ਹੋਰ ਪੁੱਛਗਿੱਛ ਕੀਤੀ ਗਈ ਇਹਨਾਂ ਦੇ ਰਿਲੇਟਿਵ ਯਾਰ ਦੋਸਤ ਔਰ ਜਿਹੜੀ ਵੀ ਡਾਟਾ ਇਕੱਠਾ ਕੀਤਾ ਗਿਆ ਸੀ, ਉਹ ਸਾਰਾ ਡਾਟਾ ਇਕੱਠਾ ਕਰਕੇ ਇਹ ਪਤਾ ਲੱਗਾ ਕਿ ਪ੍ਰਵੀਨ ਭਾਰਤੀ ਦਾ ਇਹ ਜਿਹੜਾ ਮ੍ਰਿਤਕ ਹੈਗਾ ਪ੍ਰਮੋਦ ਕੁਮਾਰ, ਇਸਦੀ ਵਾਈਫ ਦੇ ਨਾਲ ਨਾਜਾਇਜ਼ ਸੰਬੰਧ ਸੀ। ਇਹ ਜਿਹੜੀ ਪੂਜਾ ਦੇਵੀ ਇਸਦੀ ਵਾਈਫ ਹੈ, ਪੂਜਾ ਦੇਵੀ ਜਿਹੜੀ ਵੀ ਇਨਫੋਰਮੇਸ਼ਨ ਕਲੈਕਟ ਕਰਦੀ ਸੀ ਆਪਣੇ ਹਸਬੈਂਡ ਦੀ ਲੋਕੇਸ਼ਨ ਬਾਰੇ, ਉਹ ਇਨਫੋਰਮੇਸ਼ਨ ਨਾਲ ਦੇ ਨਾਲ ਦੱਸਦੀ ਸੀ ਪ੍ਰਵੀਨ ਭਾਰਤੀ ਨੂੰ। ਉਹਨੇ ਹੀ ਇਹ ਸਾਰੀ ਇਨਫੋਰਮੇਸ਼ਨ ਇਸਨੂੰ ਦਿੱਤੀ ਹੈ ਕਿੰਨੇ ਵਜੇ ਬਾਹਰ ਆਉਣਾ ਹੈ, ਕਿੱਥੇ ਤੁਸੀਂ ਤੁਹਾਨੂੰ ਮਿਲਣਾ ਹੈ, ਔਰ ਉਸ ਹਿਸਾਬ ਨਾਲ ਇਹ ਦੋਨੋਂ ਦੇ ਨਾਜਾਇਜ਼ ਸੰਬੰਧ ਕਾਰਨ ਉਹਦਾ ਕਤਲ ਕਰਾਇਆ ਗਿਆ। ਦੇਖੋ ਇਹਨਾਂ ਦੀ ਅਰੈਸਟ ਕੱਲ੍ਹ ਹੋਈ ਹੈ ਔਰ ਅਜੇ ਬਾਕੀ ਜਿਹੜੀ ਗੱਲਾਂ ਹੈ, ਬੈਕਗਰਾਊਂਡ ਜਿਹੜਾ ਹੈਗਾ ਇਹਨਾਂ ਦਾ, ਇਹ ਬਿਹਾਰ ਦੇ ਰਹਿਣ ਵਾਲੇ ਹੈ ਸਾਰੇ, ਤਾਂ ਉੱਥੇ ਦਾ ਜਿਹੜਾ ਬੈਕਗਰਾਊਂਡ ਹੈ, ਕਦੋਂ ਤੋਂ ਨਾਲ ਸੀਗੇ ਕਦੋਂ ਤੋਂ ਨਹੀਂ ਸੀਗੇ, ਉਹ ਸਾਰਾ ਵੈਰੀਫਾਈ ਕਰਨਾ। ਜਿਹੜਾ ਹੁਣ ਤੱਕ ਪਤਾ ਲੱਗਾ ਸ਼ਾਇਦ ਇੱਕ ਹੀ ਸਕੂਲ 'ਚ ਪੜ੍ਹਦੇ ਸੀ। ਇਹ ਪੇਸ਼ ਕਰਨਾ ਜੀ, ਪੁਲਿਸ ਰਿਮਾਂਡ ਲੇਂਗੇ, ਉਹਦੇ ਬਾਅਦ ਫਰਦਰ ਇਨਵੈਸਟੀਗੇਸ਼ਨ ਕਰੇਂਗੇ, ਜਾਂ ਹੋਰ ਵੀ ਕੋਈ ਬੰਦੇ ਹੁੰਦੇ ਹੈ ਜਾਂ ਹੋਰ ਕੋਈ ਕਾਰਨ ਆਉਂਦੇ ਉਹ ਆਪਾਂ ਤੁਹਾਨੂੰ ਦੱਸਾਂਗੇ।